वो अंतिम संस्कार में सभी लोग पहुंचे हैं और जो आज फैसला किया है कि कल हम खंड पाठ साहब का पाठ आरंभ करेंगे और परसों 3 मार्च को एतवार को जो बल्लो गांव है इन्हां मंडी है दाना मंडी तो वहां अंतिम श्रद्धांजलि समागम। ਕਿਸਾਨੀ ਅੰਦੋਲਨ ਦੇ ਵਿੱਚ ਗੋਲੀ ਲੱਗਣ ਦੇ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਦਾ ਹੋਇਆ ਅੰਤਿਮ ਸੰਸਕਾਰ। ਚਾਚਾ ਲੀਲਾ ਸਿੰਘ ਨੇ ਆਪਣੇ ਭਤੀਜੇ ਸ਼ੁਭਕਰਨ ਨੂੰ ਦਿੱਤੀ ਅੰਤਿਮ ਵਿਦਾਇਗੀ। ਤੁਹਾਨੂੰ ਦੱਸ ਦੇ ਕਿ ਖਨੌਰੀ ਬਾਰਡਰ 'ਤੇ ਹਰਿਆਣਾ ਪੁਲਿਸ ਦੀ ਗੋਲੀ ਲੱਗਣ ਦੇ ਨਾਲ ਸ਼ਹੀਦ ਹੋਏ ਸ਼ੁਭਕਰਨ ਸਿੰਘ ਦਾ ਅੱਜ ਅੰਤਿਮ ਸੰਸਕਾਰ ਹੋ ਗਿਆ ਅਤੇ ਪਰਿਵਾਰ ਨੇ ਆਪਣੇ ਪੁੱਤ ਨੂੰ ਰੋ ਰੋ ਕੇ ਅੰਤਿਮ ਵਿਦਾਇਗੀ ਦਿੱਤੀ ਹੈ। ਅਤੇ ਇਸ ਅੰਤਿਮ ਵਿਦਾਇਗੀ ਦੇ ਵਿੱਚ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਅਤੇ ਜੋਗਿੰਦਰ ਸਿੰਘ ਉਂਗਰਾਹਾਂ ਅਤੇ ਹੋਰ ਕਿਸਾਨੀ ਲੀਡਰ ਪਹੁੰਚੇ ਹੋਏ ਸੀ ਅਤੇ ਸ਼ੁਭਕਰਨ ਦੇ ਅੰਤਿਮ ਸੰਸਕਾਰ ਕਰਦੇ ਦੌਰਾਨ ਹਰ ਇੱਕ ਬੰਦੇ ਦੀ ਅੱਖ ਨਮ ਸੀ। ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਰਵਨ ਸਿੰਘ ਪੰਧੇਰ ਅਤੇ ਡੱਲੇਵਾਲ ਨੇ ਦੱਸਿਆ ਕਿ ਸ਼ੁਭਕਰਨ ਦੀ ਅੰਤਿਮ ਅਰਦਾਸ ਕਦੋਂ ਹੋਵੇਗੀ, ਆਓ ਤੁਹਾਨੂੰ ਸੁਣਾਉਂਦੇ ਹਾਂ। ਇਸ ਗੱਲ ਦਾ ਬਹੁਤ ਦੁੱਖ ਹੈ ਕਿ ਇੱਕ ਸਾਡਾ ਬੱਚਾ ਇੱਕ ਆਪਣੀ ਹੱਕੀ ਲੜਾਈ ਲੜਦਾ ਸ਼ਹੀਦ ਹੋਇਆ। ਅਸੀਂ ਇਹਦਾ ਕੋਈ ਸਾਡੇ ਕੋਲ ਹੱਲ ਨਹੀਂ, ਕੋਈ ਸ਼ਬਦ ਨਹੀਂ ਜਿਹੜੇ ਕਹੇ ਜਾ ਸਕਣ ਕਿ ਪਰਿਵਾਰ ਦਾ ਧਰਾਸਾ ਕਿਵੇਂ ਬਾਈ ਬਣਾਈਏ। ਅਤੇ ਇਹ ਸਰਕਾਰਾਂ ਜਿਹੜੀਆਂ ਸਰਕਾਰ ਹੈ ਇਹ ਚਾਹੇ ਕੇਂਦਰ ਦੀ ਹੈ ਚਾਹੇ ਸੂਬੇ ਦੀ ਹੈ, ਇਹ ਸਾਰੀਆਂ ਇਹਦੇ 'ਚ ਬਕਾਇਦਾ ਦੋਸ਼ੀ। 8 ਦਿਨਾਂ ਬਾਅਦ ਮਾਮਲਾ ਦਰਜ ਕੀਤਾ ਗਿਆ, ਕਿਵੇਂ ਦੇਖਦੇ ਹੋ 8 ਦਿਨ? ਉਹ ਵੀ 0 FIR ਮਾਮਲਾ ਵੀ ਕੀ ਦਰਜ ਹੈ? ਇੱਕ ਕਾਗਜ਼ੀ ਰਸਮੀ ਹੈ ਨਾ, ਕਾਗਜ਼ਾਂ ਕੀ ਕਿਸੇ ਅਣਪਛਾਤੇ ਨੇ, ਕਿਉਂ ਅਣਪਛਾਤਾ? ਸਾਡੇ ਕੋਲ ਇਹਨਾਂ ਦੇ ਸੋਰਸ ਨੇ, ਸਾਡੇ ਇਹਨਾਂ ਦੇ ਰਿਸ਼ਤੇਦਾਰਾਂ ਦਾ ਪਤਾ ਵੀ ਕਿਹੜਾ ਆਗੂ ਦੇ ਰਿਸ਼ਤੇਦਾਰ ਕਿੱਥੇ ਨੇ, ਇੰਨੀ ਪੜਤਾਲ ਨਹੀਂ ਉਹਨਾਂ ਕੋਲ। CID ਪਲ-ਪਲ 'ਤੇ ਫਿਰਦੀ ਹੈ, ਸਾਰੀ ਇੰਟੈਲੀਜੈਂਸੀ ਸਾਡੇ ਵਿੱਚ ਫਿਰਦੀ ਹੈ, ਸਾਡੇ ਅੰਦੋਲਨ ਦੇ ਵਿੱਚ ਇੰਟੈਲੀਜੈਂਸੀ ਦੇ ਬੰਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਵੀ ਗੋਲੀ ਕਿੱਧਰੋਂ ਹੋਈ ਹੈ ਅਤੇ ਕਿਹਨੇ ਮਾਰੀ ਹੈ। ਇਹ ਦੋਸ਼ੀ ਦੀ ਪੜਤਾਲ ਕਰਨੀ ਸਰਕਾਰ ਦਾ ਕੰਮ ਨਹੀਂ। ਜੇ ਇਹਨਾਂ ਨੂੰ ਕਹਿੰਦੇ ਨੇ ਵੀ ਸਾਨੂੰ ਪਤਾ ਹਿਲਦਾ ਦਿਖਦਾ, ਜੇ ਕਿਸੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਲੱਗੀ ਤਾਂ ਪਤਾ ਵੀ ਕਿਹੜੇ ਕਿਸਾਨ ਦਾ ਖੇਤ ਹੈ, ਫਿਰ ਇਹਨੂੰ ਇਹ ਗੱਲ ਦਾ ਪਤਾ ਨਹੀਂ ਵੀ ਗੋਲੀ ਕਿਹਨੇ ਚਲਾਈ ਹੈ, ਕਿਹਨੇ ਮਾਰੀ ਹੈ। ਇਹ 0 FIR ਦਾ ਮਤਲਬ ਵੀ ਕੋਈ ਨਹੀਂ, ਇਹ ਬਿਲਕੁਲ ਠੀਕ ਹੈ। ਰਸਮੀ ਕਾਰਵਾਈ ਕਰਤੀ ਇਹਨਾਂ ਨੇ, ਇਹ ਰਸਮੀ ਕਾਰਵਾਈ ਹੈ, ਇੱਕ ਟਾਲਾ ਪੱਟਣ ਦੀ ਗੱਲ ਹੈ, ਇੱਕ ਦੋਸ਼ੀ ਨੂੰ ਲੁਕਾਉਣ ਦੀ। ਤਰ ਜਾਣਦੇ ਹੋ ਕਿ ਹਮਾਰੇ ਇੱਕ ਨੌਜਵਾਨ ਸ਼ੁਭਕਰਨ ਸਿੰਘ ਕਿਸ ਤਰੀਕੇ ਸੇ ਸਰਕਾਰ ਕੇ ਜੁਰਮ ਕਾ ਮੁਕਾਬਲਾ ਉਨਕੇ ਆਪਣੇ ਸਬਰ ਸੇ ਕਰਤਾ ਹੁਆ ਆਪਣੇ ਪ੍ਰਾਣੋਂ ਕੀ ਆਹੂਤੀ ਦੇ ਕਰ ਗਿਆ ਹੈ। ਆਜ ਪੂਰਾ ਦੇਸ਼ ਉਨਕੇ ਇਸ ਵਕਤ ਜੋ ਸਮੇਂ ਉਨਕੇ ਉੱਪਰ ਆਇਆ ਹੈ, ਇੱਕ ਇੱਕ ਆਂਖ ਨਮ ਹੈ। ਬਹੁਤ ਅਤਿਅੰਤ ਦੁਖਦਾਈ ਮਾਹੌਲ ਮੇਂ ਹਮ ਸਭ ਹੈ। ਕੇਵਲ ਆਪਣੀ ਮਾਂ ਕਾ ਲਾਲ ਨਹੀਂ ਰਹਾ, ਇਹ ਪੂਰੇ ਦੇਸ਼ ਕੇ ਕਾ ਮੇਰੇ ਲੋਗੋਂ ਕਾ ਲਾਲ ਬਣ ਚੁੱਕਾ ਹੈ। ਪੂਰੇ ਦੇਸ਼ ਕਾ ਐਸਾ ਸ਼ਹੀਦ ਹੋ ਨਿਬੜਾ ਹੈ ਕਿ ਹਮਨੇ ਦੇਖਾ ਜਾਏ, ਆਪ ਵੀ ਸਭ ਕੋ ਪਤਾ ਇਸ ਬਾਤ ਕਾ ਕਿ ਮੇਰਾ ਖਿਆਲ ਹੈ ਹਮਾਰੀ ਜ਼ਿੰਦਗੀ ਮੇਂ ਤੋ ਪਹਿਲੀ ਵਾਰ ਹੁਆ ਹੋਗਾ ਕਿ ਕਿਸਾਨੋਂ ਕੇ ਅੰਦੋਲਨ ਕੇ ਦਬਾਓ ਕੇ ਕਾਰਨ ਸਰਕਾਰ ਕੋ ਇਸੇ ਸ਼ਹੀਦ ਕਾ ਦਰਜਾ ਦੇਣਾ ਪੜਾ। ਦੂਸਰੀ ਬਾਤ, ਅੰਦੋਲਨ ਕਾ ਪ੍ਰੈਸ਼ਰ, ਅੰਦੋਲਨ ਕਾ ਦਬਾਅ ਵੀ ਸਰਕਾਰ ਕੇ ਉੱਪਰ ਜੈਸੇ ਪੜ ਰਿਹਾ ਹੈ ਕਿ ਪਿਛਲੇ ਦਿਨੋਂ ਗੰਨੇ ਕਾ ਭਾਅ ਬਣਾਉਣਾ ਪੜਾ ਸਰਕਾਰ ਕੋ, ਉਹ ਵੀ ਆਫ ਸੀਜ਼ਨ ਮੇਂ ਆਕਰ ਕਭੀ ਨਹੀਂ, ਇਸ ਟਾਈਮ ਇਹਨੇ ਕਭੀ ਨਹੀਂ ਵਰਤਾ। ਔਰ ਹਰਿਆਣਾ ਕੇ ਅੰਦਰ ਕਿਸਾਨੋਂ ਕੇ ਕਰਜ਼ ਕਾ ਜੋ ਵਿਆਜ ਮਾਫ਼ ਕਰਨੇ ਕਿਆ ਉਹਨੇ ਐਲਾਨ ਕੀਆ, ਤੋ ਇਹ ਸ਼ੁਭਕਰਨ ਜੈਸੇ ਬਹਾਦਰੋਂ ਕੀ ਇਸ ਦ੍ਰਿੜਤਾ ਕਾ ਰਿਜ਼ਲਟ ਹੈ ਜੋ ਨਿਕਲ ਰਿਹਾ ਹੈ। ਜਬ 3 ਤਰੀਕ ਕੋ ਉਨਕਾ ਅੰਤਿਮ ਅਰਦਾਸ ਕੀ ਜਾਏਗੀ ਯਹੀਂ ਬੱਲੋ ਗਾਓ ਕੇ ਅਨਾਜ ਮੰਡੀ ਕੇ ਅੰਦਰ, ਤੋ ਮੈਂ ਨਿਵੇਦਨ ਕਰੂੰਗਾ ਸਭੀ ਸੰਗਠਨੋਂ ਕੋ, ਸਭੀ ਭਾਈਓਂ ਕੋ, ਇੱਕ ਇੱਕ ਵਿਅਕਤੀ ਕੋ ਆਪਣਾ ਫਰਜ਼ ਸਮਝਦੇ ਹੋਏ ਉਨਕੀ ਅੰਤਿਮ ਅਰਦਾਸ ਮੇਂ ਆਕਰ ਸ਼ਾਮਿਲ ਹੋਂ।
ਔਰ ਜੋ ਅੱਜ ਫੈਸਲਾ ਕੀਆ ਹੈ ਵੀ ਕੱਲ ਹਮ ਅਖੰਡ ਪਾਠ ਸਾਹਿਬ ਕਾ ਪਾਠ ਆਰੰਭ ਕਰੇਂਗੇ ਔਰ ਪਰਸੋਂ 3 ਮਾਰਚ ਕੋ ਐਤਵਾਰ ਕੋ ਜੋ ਬੱਲੋ ਗਾਂਵ ਹੈ ਇਨ੍ਹਾਂ ਮੰਡੀ ਹੈ ਦਾਣਾ ਮੰਡੀ ਤੋ ਵਹਾਂ ਅੰਤਿਮ ਸ਼ਰਧਾਂਜਲੀ ਸਮਾਗਮ ਦੇਸ਼ ਕੇ ਦੋਸ ਬੜੇ ਫੋਰਮੋ ਕੀ ਔਰ ਸੇ ਕੀਆ ਜਾਏਗਾ ਤੋ ਸਭੀ ਕੋ ਹਮ ਪੰਜਾਬ ਔਰ ਹਰਿਆਣਾ ਕੇ ਨਜ਼ਦੀਕ ਕੇ ਰਾਜਿਓ ਸੇ ਸਭੀ ਦੇਸ਼ ਕੇ ਕਿਸਾਨ ਮਜ਼ਦੂਰ ਕੋ ਬੋਲਤੇ ਹੈ ਵੀ ਜਿਤਨੀ ਵੀ ਮਤਾਂ ਬਹਿਨੇ ਹੈ ਜਿਤਨੇ ਵੀ ਪਿਆਰ ਕਰਨ ਵਾਲੇ ਲੋਕ ਹੈ ਇਸ ਅੰਦੋਲਨ ਕੋ ਵੋ ਸਭੀ ਆਪਣੀ ਹਾਜ਼ਰੀ ਯਹਾਂ ਪਰ ਦਾਣਾ ਮੰਡੀ ਬੱਲੋ ਮੇ ਜ਼ਿਲ੍ਹਾ ਬਠਿੰਡਾ ਮੇ ਲਗਾਏ। ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ, ਨਸ਼ਾ ਛੁਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 98,838,70,000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਿਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ। ਸ਼ਰਾਬ, ਹੈਰੋਇਨ, ਸਮੈਕ, ਅਫੀਮ, ਗਾਂਜਾ, ਚਿੱਟਾ, ਭੁੱਕੀ, ਟੀਕੇ, ਗੋਲੀਆਂ, ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ। ਸਾਡੀ ਦਵਾਈ 100% ਆਯੁਰਵੈਦਿਕ ਹੈ, ਇਸ ਦਾ ਕੋਈ ਸਾਈਡ ਇਫੈਕਟ ਨਹੀਂ। ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ। ਲੋਮਿਸ਼ ਰਿਸ਼ੀ ਹਰਬਲ ਟ੍ਰੀਟਮੈਂਟ, ਪਟਿਆਲਾ ਰੋਡ, ਜੰਨੋ, ਸੰਗਰੂਰ। 98,838,70,000